हाँ जी भी जी सारवीर सत श्रीकाल जी, संदीप डेयरी फार्म ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀ ਜੀ ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਮਾਲੀਆ, ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ, ਤਹਿਸੀਲ ਬਟਾਲਾ ਨਜ਼ਦੀਕ। ਇਹਨਾਂ ਨੂੰ ਮਿਲਦੀ ਕੀ ਕਰਦੀ ਪੈਂਦੇ ਜੀ, ਅਤੇ ਗੁਰਸਿੰਦਰ ਵੀਰ ਕੋਲ ਆ ਚੁੱਕੇ ਜੀ। ਅੱਜ ਆਪਾਂ ਅੱਜ ਵੀ ਇਹਨਾਂ ਕੋਲ ਚਾਰ ਮੱਝਾਂ ਸੇਲ ਹੈ ਜੀ, ਜਿਹਨਾਂ 'ਚ ਇੱਕ ਨੀਲੀ ਦਾ ਵੀ ਆ। ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ ਹੁਣ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ ਜੀ? ਬਸ ਠੀਕ ਠਾਕ ਜੀ, ਵਧੀਆ ਜੀ, ਤੁਸੀਂ ਸੁਣਾਓ? ਠੀਕ ਹੈ ਵੀਰੇ, ਫਿਰ ਮਾਲ ਵੇਖਿਆ ਸਰ? ਮਾਲ ਵੇਖਿਆ, ਮਾਲ ਇੱਦਾਂ ਦਾ ਵੀ ਪਰਮਾਤਮਾ ਕਰਦਾ ਕਿਰਪਾ। ਹਾਂਜੀ ਜੀ, ਇਸ ਤਰ੍ਹਾਂ ਦਾ ਵੀ ਮਾਲ ਹੁੰਦਾ ਸਾਫ਼ ਸੁਥਰਾ। ਫਿਰ ਤੁਸੀਂ ਰੇਟ ਜਿਹੜਾ ਵਾ ਸੁਨੀਤੀ ਆਪਾਂ ਨੂੰ ਉੱਥੋਂ ਲੈ ਕੇ ਆਉਂਦੇ ਹਾਂ, ਜਿੱਥੋਂ ਦੂਜੀ ਦੁਨੀਆ ਲੈ ਕੇ। ਸਹੀ 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 ਗੱਲ, ਥੋੜ੍ਹਾ ਜਿਹਾ ਆਪਣਾ ਜਿਹੜਾ ਹੁੰਦਾ ਫਰਕ, ਜਿੱਦਾਂ ਕਿ ਕਮਾਈ ਹੁੰਦੀ ਜਾਇਜ਼ ਜਾਇਜ਼, ਪਰਮਾਤਮਾ ਆਪੇ ਹੀ ਰੱਖਦਾ। ਹੋਰ ਸਰ, ਬਸ ਕਿਰਪਾ ਜੀ, ਕਿਵੇਂ ਕਰਦੀ ਹਾਲਾਤ? ਤੁਹਾਡੇ ਠੀਕ ਹੈ ਜੀ? ਮੇਲਾ ਬਹੁਤ ਮਸ਼ਹੂਰ ਲੱਗਣਾ ਭਾਈ ਜੀ। ਮੇਲਾ ਭਾਈ ਜੀ ਲੱਗਦਾ ਬਾਹਰ ਵੀ ਨਹੀਂ ਦੇ। ਹਾਂਜੀ ਹਾਂਜੀ, ਹੁਣ ਆਓ ਵੇਖਾਂਗੇ ਦਿਨ ਦਿਨ। ਹਾਂ ਬਹੁਤ ਵਧੀਆ ਅੱਜ ਭਾਈ ਜੀ। ਫਿਰ ਬੱਚਾ ਕੀ ਜੀ, ਤੁਸੀਂ ਵੀ ਤੇਰੀ ਝੁੜੀਆਂ ਵੀ ਤਾਜ਼ੀਆਂ? ਅੱਛਾ ਜੀ, ਬਹੁਤ ਠੀਕ ਹੈ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ, ਬੰਦ ਇੱਥੇ ਬੰਦ ਜੀ, ਇੱਥੇ ਬੰਦ ਹੋ, ਆ ਜਾ ਇੱਥੇ, ਆ ਜਾਓ, ਲਿਆਓ, ਆ ਦੇਖ। ਤੇ ਬਾਈ ਜੀ ਬੱਚਾ ਮਗਰ ਜੀ ਨੇ ਬੱਚਾ ਇਹਦੇ ਮਗਰ ਕੱਟੀ ਕੱਟੀ ਹੈ ਜੀ। ਅੱਜ ਵੀ ਇੱਥੇ ਚੋਬਰ ਹੈ, ਆ ਦੇਖੋ ਚੋਬਰ ਹੈ ਜੀ, ਬਾਕੀ ਸਭ ਇੱਕ ਚੋਬਰ ਆ, ਉਹ ਦੂਜੇ ਨੰਬਰ ਥੋੜਾ ਘਾਬਰਦੇ ਜੀ, ਡਰਦੀ ਕਰ। ਹਾਂ ਚਲੋ, ਇੱਕ ਦੂਜੇ ਦਿਖਾਓ ਜੀ। ਬਾਕੀ ਇਹ ਡਿਜ਼ਾਈਨ ਜੂਨ ਦਾ ਪੂਰਾ ਵਧੀਆ ਛੋਟੀ। ਦੁੱਧ ਦੁੱਧ 12 ਕਿਲੋ ਆਰਾਮ ਨਾਲ ਦੇ ਦਿਓ, ਮੈਂ ਨਹੀਂ ਕਹਿੰਦਾ 15 ਦਊ 18 ਦਊ, ਪਰ ਜੇ ਨਾ ਕੋਈ ਸਾਂਭੇਗਾ ਤੇ ਫਿਰ 8 ਦਊ ਜੀ। ਬਾਕੀ ਕੱਟੀ ਮਗਰ ਆ, ਕੱਟੀ ਮਗਰ ਆ, ਕੱਟੀ ਮਗਰ ਆ ਜੀ। ਤੇ ਬਾਜੀ ਬਾਜੀ ਕੀਮਤ ਬਿਲਕੁਲ ਜਾਇਜ਼ ਹੈ ਇਹ ਜੀ, ਦੇ ਦਾਂਗੇ 82,000। ਦੇਖੋ ਸੋਹਣੀ ਝੋਟੀ ਜੀ, ਵੱਡੀ ਝੋਟੀ ਹੈ ਪੂਰੀ ਜੀ, ਫੁੱਲ ਸਾਈਜ਼ ਹੈ ਜੀ। ਇਹਦੇ ਮਗਰ ਵੀ ਕੱਟੀ ਹੈ ਜੀ, ਇਹਦੇ ਮਗਰ ਚੋਬਰ, ਅੱਛਾ ਇਹਦੇ ਮਗਰ ਚੋਬਰ ਆ ਗਿਆ ਜੀ। ਦੇਖੋ ਇਹਦੇ ਮਗਰ ਚੋਬਰ ਆ ਗਿਆ ਜੀ, ਠੀਕ ਹੈ ਜੀ, ਕੱਟਾ ਜੀ। ਆ ਦੇਖੋ ਧਾਰ, ਸਮਝ ਲਓ ਸੋਹਣੀ ਧਾਰ, ਟੌਪ ਦੀ ਧਾਰ। ਹਾਂਜੀ ਹਾਂਜੀ, ਅਜੇ ਟਾਈਮ ਨਹੀਂ ਹੋਇਆ, ਟਾਈਮ ਨਹੀਂ, ਸਹੀ ਗੱਲ ਹੈ ਜੀ, 2-3 ਘੰਟੇ 10 ਵਜੇ ਜੀ ਆ ਜੀ ਸਿਰਫ। ਆ ਦੇਖੋ ਜੀ, ਦੇਖ ਲਓ ਜੀ, ਆ ਦੇਖੋ, ਠੀਕ ਹੈ ਜੀ, ਬੰਦ ਹੋ ਜੀ, ਇੱਥੇ ਉੱਥੇ ਉੱਥੇ ਬੰਦ ਹੋ ਜੀ। ਵੱਡੀ ਝੋਟੀ ਜੀ, ਫੁੱਲ ਸਾਈਜ਼ ਹੈ ਜੀ ਇਹ ਵੀ। ਆ ਦੇਖੋ ਸਾਰਾ ਮਾਲ ਹੀ ਉੱਧਰਲਾ ਉੱਧਰਲਾ, ਮਤਲਬ ਹਰਿਆਣਾ, ਠੀਕ ਹੈ ਜੀ। ਚਲੋ ਵਿੱਚ ਮਾਲਵੇ ਵੀ ਆਉਂਦਾ, ਤੇ ਜੇ ਮਾਲਵੇ ਦੀ ਹੋਈ ਤਾਂ ਮਾਲਵੇ ਜ਼ਰੂਰ ਦੱਸਣਗੇ ਬਾਈ ਹੋਣੀ। ਹਾਂਜੀ ਹਾਂ, ਸ਼ਾਮ ਨੂੰ ਚੁਆਈ ਦੇ ਟਾਈਮ ਝੋਟੀਆਂ, ਬਿਲਕੁਲ ਬਿਲਕੁਲ ਜੀ, ਬਿਲਕੁਲ, ਹਾਂ ਬਿਲਕੁਲ ਜੀ, ਟਾਈਮ ਵੀ ਅਜੇ ਕੁਛ ਨਹੀਂ ਹੋਇਆ ਜੀ। ਆ ਜਾਓ ਜੀ, ਧੋ ਲਓ, ਦੇਖੋ, ਆ ਦੇਖੋ ਜੀ, ਦੇਖੋ ਜੀ। ਅਤੇ ਬਾਜੀ ਫਿਰ ਇਹਦੀ ਕੀਮਤ?
ਇਹਦੀ ਸੰਦੀਪ ਜੀ ਮੁੱਲ ਤੇ 85 ਹੈ ਹਾਂਜੀ ਦੋ ਛੋਟ ਹੈ ਵਿੱਚ 2000 ਰੁਪਿਆ 83000 ਰੁਪਿਆ ਅੱਛਾ 83000 ਦੀ ਉਹਦੇ ਹੋਰ ਕਰ ਦੋ ਮਾਰ ਬਿਲਕੁਲ ਬਸ ਨਹੀਂ ਹੁਣ ਨਜਾਇਜ਼ ਜੀਗਾ ਜਾਇਜ਼ 12 ਕਿਲੋ ਅੱਜ ਪੰਜਵਾਂ ਦਿਨ ਤਿਆਰ ਆ ਦੋ ਮਗਰ ਵੀ ਕੱਟੀ ਆ 3 ਦਿਨ ਕੋਈ ਚੁੰਦਾ ਰਵੇ ਮੇਰੇ ਕੋਲ ਆ ਕੇ ਬੇਨਤੀ ਕਰ ਬੇਬੀ 2000 ਮਾਨਦਾ ਤੁਹਾਡਾ ਹੋ ਗਿਆ ਠੀਕ ਹੈ ਜੀ ਆ ਇਹ ਵੀ ਤੇ ਟੋਕੜ ਅਸੀਂ ਟੋਕੜ ਕੱਲੀ ਗੱਪਣ ਦੇ ਨਾਲ ਇਹ ਸੰਦੀਪ ਜੀ ਪਤਾ ਕੀ ਗੱਲ ਆ ਹਾਂਜੀ ਅੱਜ ਇਹ ਖਾਲੀ ਕਰਕੇ ਦਵਾਂਗੇ ਤੁਸੀਂ ਖਾਲੀ ਹੈ ਠੀਕ ਹੈ ਅੱਜ ਗੱਪਣ ਨਹੀਂ ਗਈ ਹਾਂਜੀ 17 ਤਰੀਕ ਦਾ ਇਹਦੇ ਟੀਕਾ ਭਰਿਆ ਚਲੋ ਗਾਂ ਕਿਸੇ ਦੀ ਕਿਸਮਤ ਗਾਂ ਕਿਸੇ ਦੀ ਕਿਸਮਤ ਹਾਂਜੀ ਹਾਂ ਤੇ ਉਹ ਗਾਰੰਟੀ ਹੈ ਜੀ ਉਹਨਾਂ ਨੇ ਟੀਕਾ ਭਰਾਇਆ ਹੈ ਠੀਕ ਹੈ ਗੱਲ ਇਸ ਤਰ੍ਹਾਂ ਵਾ ਕਿ ਇਹਦੇ ਕੋਲ ਦੁੱਧ ਜੇ 5.5 ਕਿਲੋ ਦੋਵਾਂ ਟਾਈਮ ਵਧੀਆ ਮਿਲਦੀ ਹੈ ਟਾਈਮ ਮਿਲਦੀ ਹੈ ਮੈਂ ਟੀਕਾ ਲਾਉਂਦੀ ਗੱਲਾਂ ਕਰਦੇ ਠੀਕ ਪਰ ਹਿਲਦੀ ਨਹੀਂ ਬਿਲਕੁਲ ਨਹੀਂ ਪੈਰ ਨਹੀਂ ਹਿਲਾਉਣਾ ਦੂਜੇ ਪਾਸੇ ਦੇਖੋ ਇਹ ਵੀ ਦਿਖਾਓ ਜੀ ਆ ਦੇਖੋ ਦੇਖੋ ਜੀ ਕੱਲੀ ਸੋਕੜਾ ਜੀ ਚਲੋ ਆਪਾਂ ਖਾਲੀ ਕਹਿ ਕੇ ਦਿਨੇ ਬਾਈ ਹੋਣੇ ਕਹਿੰਦੇ ਠੀਕ ਹੈ ਗਾਂ ਤੁਹਾਡੇ ਕਿਸਮਾਂ ਦਾ ਗੱਲ ਹੈਗੀ ਆ ਹਾਂਜੀ ਇਹ ਹੋਰ ਕਿੱਥੋਂ ਚੱਲ ਜਾਊਗੀ ਲਈ ਮੈਂ ਵਾੜੇ ਘਰੋਂ ਹਾਂਜੀ ਹਾਂਜੀ ਇਸ ਤਰ੍ਹਾਂ ਉਹ ਦੇ ਦੋ 6-7 ਗੱਲ ਤੋਂ ਦੇ ਜਾਣਾ ਜੀ ਬਹੁਤ ਆ ਜਿਹੜੇ ਬੰਦੇ ਲਿਆਓ ਜੀ ਲਿਆਓ ਮਿਲਣੀਆਂ ਸੁਣਨਾਂ ਦੀਆਂ ਹਾਂਜੀ ਹਾਂਜੀ ਗੱਲ ਮੇਰਾ ਵਧੀਆ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਹਰ ਦੇ ਚੰਗੀ ਤਰ੍ਹਾਂ ਤੇ ਬਲੂ ਵਾ ਦਿਖਾ ਦੇ ਚੰਗੀ ਤਰ੍ਹਾਂ ਹਾਂ ਜੀ ਬਹੁਤ ਚੋਰ ਚੜ ਗਿਆ ਬਿਲਕੁਲ ਬੰਦ ਹੋ ਜੀ ਹਾਂਜੀ ਇਹਦੀ ਕੀਮਤ ਫਿਰ ਜੀ ਇਹਦੀ ਸੰਦੀਪ ਜੀ ਕੀਮਤ ਆ 32000 ਰੁਪਏ 32000 ਰੁਪਏ ਸਿਰਫ ਤੇ ਉਹਦੇ ਫਿਰ ਕਿੰਨਾ ਮਾਨਦਾ ਗਿਆ ਤੁਹਾਨੂੰ ਉਹ ਚ ਸ਼ੋਰ ਕਰਦਾ ਜੀ ਕਿੰਨੀ ਕਰ ਦੋ ਕਰਨੀ ਜੇ ਨਹੀਂ ਕਹੋਗੇ ਨਹੀਂ ਕਰਦੇ ਜੇ ਨਹੀਂ ਕਹੋਗੇ 1000 ਕਰ 1000 ਦੇਖੋ 31000 ਰੁਪਏ ਜੀ ਵੇਖੋ ਜੀ 5 ਕਿਲੋ ਦੁੱਧ ਦਾ ਗਾਂ ਤੁਹਾਡੇ 6 ਕਿਲੋ ਵੀ ਹੋਦਾ 7 ਕਿਲੋ ਵੀ ਹੋਦਾ ਠੀਕ ਹੈ ਜੀ ਖਾਲੀ ਹੈ ਕਿ ਦੇਣੀ ਆ ਚਾਰ ਮੱਝਾਂ ਚਾਰੇ ਚੰਗੀਆਂ ਠੀਕ ਹੈ ਜੀ ਮਾਨਦਾ ਤੁਹਾਡਾ ਬਿਲਕੁਲ ਜ਼ਰੂਰ ਕਰਨ ਕੇ ਆ ਗਈ ਪਹਿਲੇ ਆਪਾਂ ਰੱਖਿਆ ਦੇ ਹਾਂਜੀ ਹਾਂ ਬਿਲਕੁਲ ਬਾਕੀ ਜਿੰਨੇ ਵੀ ਵੀਰ ਆਉਣਾ ਉਹ ਆ ਕੇ ਇੱਥੇ ਤਸੱਲੀ ਕਰੇ 2 ਟਾਈਮ ਚੋਲੇ 3 ਟਾਈਮ ਚੋਲੇ ਸਾਡੇ ਕੋਲ ਆ ਕੇ ਬਾਹਰ ਮੁੜ ਕੇ ਲਾਮਣ ਹਾਂ ਲਾਮਣ ਸਹੀ ਗੱਲ ਇਹਨਾਂ ਝੋਟੀਆਂ ਦਾ 12-12 ਕਿਲੋ ਕਿਹਾ ਬੱਚੇ ਨੂੰ ਇੱਕ ਇੱਕ ਥਾਂ ਤੇ ਆ ਕੇ ਜੇ ਸਹੀ ਦੁੱਧ ਇਹਨਾਂ ਦਾ 5-5 ਕਿਲੋ ਦਾ ਹੋਇਆ ਹਾਂਜੀ ਹਾਂਜੀ ਕੋ ਝੋਟੀ ਲੈ ਜੀ ਤੇ ਇੱਥੇ ਖੜੀਆਂ ਨੇ ਸਾਡੇ ਹਾਂ ਬਿਲਕੁਲ ਤਾਜ਼ੀਆਂ ਜੇ ਹੈਗੀਆਂ ਨੇ ਮਾਲ ਤਾਜ਼ਾ ਇਹ ਦੋਨੇ ਝੋਟੀਆਂ 14-14 ਕਿਲੋ ਵਾਲੀਆਂ ਚਲੋ ਮੇਰੇ ਵੀਰ ਹੋਰ ਵੀ ਜਾਂਦੇ ਆ ਉੱਥੇ ਬਿਲਕੁਲ ਜੀ ਹਰਿਆਣੇ ਵੀ ਜਾਂਦੇ ਪਾਕਿਸਤਾਨ ਵੀ ਹਾਂਜੀ ਜਦੋਂ ਅਸੀਂ ਉਹਨਾਂ ਲੋਕਾਂ ਕੋਲ ਜਾਂਦੇ ਆ ਨਾ ਹਾਂਜੀ ਕਈ ਘਰਾਂ ਦੇ ਵਿੱਚ ਉਹ ਸੰਗਲ ਪਾਇਆ ਹੁੰਦਾ ਉਹਨਾਂ ਨੇ ਉਹ ਵੀ ਲਾ ਕੇ ਉਹਨਾਂ ਨੇ ਸੁੱਟ ਲੈਣਾ ਥੱਲੇ ਤੇ ਕੰਨੋਂ ਫੜ ਕੇ ਮੈਂ ਫੜਾ ਦੇਣਾ ਅਸੀਂ ਲੈ ਕੇ ਆਉਂਦੇ ਹਾਂ ਇਹਨਾਂ ਨੂੰ ਗਾਨੀਆਂ ਰੱਸੇ ਸਾਰਾ ਕੁਝ ਸ਼ਿੰਗਾਰ ਵੀ ਕਰਦੇ ਅਰਦਾਸ ਵੀ ਕਰੀਦੀ ਪਰਮਾਤਮਾ ਰਹਿਣਾ ਦੇਵੇ ਜਿਹੜਾ ਲੈ ਕੇ ਸੁੱਖ ਮੰਗੀ ਇਸ ਤਰ੍ਹਾਂ ਬਾਬੂ ਜੀ ਬਾਕੀ ਜਿਹੜਾ ਵੀ ਆਵੇ ਆਪਣੀ ਤਸੱਲੀ ਕਰ ਨੰਬਰ ਤੇ ਐਡਰੈਸ ਬੋਲਦੇ ਜੀ ਫਿਰ ਆਪਣਾ ਨਾਮ ਗੁਰਸ਼ਿੰਦਰ ਸਿੰਘ ਤੇ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਬਾਰ ਬਾਰ ਵੇਖੋ ਮੈਂ ਜ਼ਿਲ੍ਹਾ ਵੀ ਆਪਣਾ ਦੱਸਦਾ ਤੇ ਜਦੋਂ ਬਾਹਰੋਂ ਕੋਈ ਫੋਨ ਕਰਦਾ ਤਾਂ ਕਹਿ ਦਿੰਦੇ ਵੀ ਕਿਹੜੇ ਜ਼ਿਲ੍ਹੇ 'ਚ ਬੋਲਦੇ ਹੋ ਜ਼ਿਲ੍ਹਾ ਮੇਰਾ ਗੁਰਦਾਸਪੁਰ ਹੈ ਨਾਮ ਗੁਰਸ਼ਿੰਦਰ ਸਿੰਘ ਹੈ ਫੋਨ ਨੰਬਰ 97792563 97792563 ਨਜ਼ਦੀਕ ਮਿਰਜੇ ਕੀ ਕਾਦੀਆ ਮਸ਼ਹੂਰ ਹੈ ਜੀ ਠੀਕ ਹੈ ਜੀ ਚਲੋ ਐ ਕੇ ਬਾਈ ਦਾ ਮੇਲਾ ਵੀ ਵੇਖਾਂਗੇ ਨਹੀਂ ਜਦੋਂ ਸਫਰ ਤੇ ਆਣਾ ਪਰਮਾਤਮਾ ਨੇ ਵਿਖਾ ਲੈਣਾ ਹਾਂ ਬਿਲਕੁਲ ਜੀ ਤੇ ਵੀਡੀਓ ਬਾਅਦ ਵਿੱਚ ਸ਼ੇਅਰ ਕਰਦਾ ਜੀ ਸਤਿ ਸ਼੍ਰੀ ਅਕਾਲ ਸੋਈ ਮਾਰੀ